ਤਾਂ ਜਿੰਨੀ ਪਾਕ ਫੌਜ ਇੰਡੀਆ ਤੇ ਗਰੀ ਨਜ਼ਰ ਰੱਖਦੀ। ਇਹਨੇ ਕਰ ਲਿਆ ਨਾ ਹਮਲਾ ਤੇ ਭੱਜਦਾ ਨਾ, ਸਵਾਦ ਤੇ ਤਾਸੀ ਥੋੜਾ ਜਗ੍ਹਾ ਨੂੰ ਆਉਂਦਾ, ਹਾਂ ਉੱਥੋਂ ਭੱਜ ਗਿਆ। ਪਰ ਜਿਵੇਂ ਵਾਂਝੂ ਨੀ ਖੇਡਦੇ ਮੁੰਡੇ, ਉਹ ਬੋਲੋ ਵਾਂਝੂ ਜਾਂ ਬਾਂਦਰ ਕਿਲਾ ਵੇਖਿਆ, ਜਿਹੜੇ ਕਮਜ਼ੋਰ ਮੁੰਡੇ ਹੁੰਦੇ ਸੀ ਨਾ ਉਹ ਪਿਛਾਂ ਖਲੋਤੇ ਰਹਿੰਦੇ, ਛਿੱਤਰਾਂ ਦੇ ਲਾਗੇ ਨਹੀਂ ਆਉਂਦੇ, ਔਰ ਕੱਢੇ ਕਢਾਏ ਫੜ ਕੇ ਖਲੋਤੇ ਹੁੰਦੇ। ਕਿਉਂ ਜੀ? ਇਹਨਾਂ ਦੀ ਮਿਸਾਲ ਇੰਡੀਆ ਦੀ ਉਹ ਹੈ, ਇਹ ਬਾਂਦਰ ਕਿਲਾ ਖੇਡਣ ਲੱਗ ਪਿਆ ਤੇ ਪੁੱਤਰ ਜਦੋਂ ਹੁਣ ਤੈਨੂੰ ਅਸੀਂ ਕਰਾਇਆ ਨਾ ਹੱਜ, ਹੈ ਤੈਨੂੰ ਲੱਗੇਗਾ ਪਤਾ, ਹਾਂ ਨਾਨੀ ਯਾਦ ਕਰਕੇ ਮੈਂ ਇਹਨੂੰ ਅਪੀਲ ਕਰਨਾ ਮੋਦੀ ਨੂੰ, ਹਯਾ ਕਰ, ਅਸੀਂ ਤੇਰੀ ਧੀ ਲਈ ਸ਼ੁਏਬ ਅਖਤਰ ਨੇ, ਉਹ ਕੀ ਨਾਂ ਹੈ ਸਿਆਲਕੋਟ, ਸ਼ੁਏਬ ਹੈ, ਸ਼ੁਏਬ ਮਲਕ ਹੈ, ਸਾਨੀਆ ਬੋਲੋ, ਇਹਨੂੰ ਪਤਾ ਹੀ ਇਹਨੂੰ ਮੱਖਣ ਨੂੰ। ਮੈਂ ਜਾਣ ਕੇ ਨਾਂ ਲਿਆ ਸੀ ਉਂਝ ਦਾ ਵੀ ਮੁੰਡੇ ਭਲਾ ਪੁੱਛਦੇ ਕਹਿੰਦੇ ਜਾਣਦੇ, ਰਾਤੀ ਮੈਂ ਸਿਆਲਕੋਟ ਹੀ ਸਾਂ। ਉਹਨੂੰ ਮੈਂ ਮੋਦੀ ਨੂੰ ਕਹਿੰਦਾ ਹੈ ਕਿ ਕਦੀ ਆਪਣੀਆਂ ਜਵਾਈਆਂ ਤੇ ਵੀ ਹਮਲਾ ਕੀਤਾ, ਚੱਲਿਆ ਨਾਲੇ ਧੀ ਦਿੱਤੀ ਉਹਨਾਂ। ਸਾਡੇ ਪੰਜਾਬ ਦੀ ਇੱਕ ਕਲਚਰ ਆ, ਪਿੰਡ ਦਾ ਜਵਾਈ ਪੂਰੇ ਪਿੰਡ ਦਾ ਜਵਾਈ ਹੈ, ਤੇ ਅਸੀਂ ਤੁਹਾਡੀ ਧੀ ਲਈਏ ਤੇ ਤੁਸੀਂ ਪਾਕਿਸਤਾਨ ਤੇ ਹਮਲਾ ਕਰਕੇ ਆਪਣੀ ਧੀ ਜਾਲਣਾ ਚਾਹੁੰਦੇ? ਸਾਡੀ ਇੱਜ਼ਤ ਕਰੋ, ਪਾਕਿਸਤਾਨ ਤੁਹਾਡਾ ਜਵਾਈ ਭਾਈ ਹੈ, ਬੋਲੋ ਇੰਜੀ ਹੈ ਨਾ। ਮੈਂ ਐਲਾ ਜਾਂਦਾ ਕ੍ਰਿਕਟਰ, ਆਈ ਲਾਈਕ ਯੂ, ਆਈ ਸਲੂਟ ਯੂ ਕ੍ਰਿਕਟਰ, ਕਿ ਤੂੰ ਕੰਮ ਤੇ ਚੰਗਾ ਕੀਤਾ ਹੈ। ਹਾਂ ਤੁਹਾਡੇ ਚ ਵੀ ਕੋਈ ਇੰਡੀਆ ਚ ਲਿਆਏਗਾ? ਨਹੀਂ ਨਹੀਂ, ਇੰਡੀਆ ਚ ਵੀ ਕੋਈ ਲਿਆਓ ਬੁੜੀ, ਕਿ ਇੱਥੇ ਮੋਬਾਈਲ ਤੇ ਘੇਰੀ ਆਉਂਦੇ ਜੇ। ਮੈਂ ਇੰਡੀਆ ਨੂੰ ਕਵਾਂਗਾ ਤੂੰ ਪਾਕਿਸਤਾਨ ਤੇ ਹਮਲਾ ਕਰਕੇ ਪਛਤਾਣਾ ਹੈ। ਹਾਂ ਐਟਮ ਬੰਬ ਸਾਡੀ ਕੌਮ ਤੇ ਭਾਈ ਮਹਿੰਦੀਆਂ ਤੇ ਇੰਨੀ ਫੈਰੰਗ ਕਰਦੀ ਹੈ ਕਿ ਮੁੰਡਾ ਸਵੇਰੇ ਜੇਲ੍ਹ ਹੁੰਦਾ ਹੈ, ਲਾੜਾ, ਸਹੀ ਗੱਲ, ਲਾੜਾ ਜੇਲ੍ਹ ਹੁੰਦਾ ਹੈ, ਛੁਡਾਉਣਾ ਪੈਂਦਾ ਲਾੜੇ ਨੂੰ, ਤੇ ਤੂੰ ਸਾਡੇ ਨਾਲ ਪੰਗਾ ਲੈਂਦੇ ਆ। ਹਾਂ ਲਿਖ ਲਓ ਪੁੱਤਰ ਜੇਬ ਚ, ਪਾ ਲਾ ਮੋਬਾਈਲ, ਤੂੰ ਇਹਦੇ ਚ ਕੀ ਕੱਢਣ, ਪਾ ਲਓ ਜੇਬ ਚ। ਗੱਲ ਬੜੀ ਵੱਡੀ ਹੈ, ਇਹਨੇ ਕਿਉਂ ਬਈ ਪਾਕਿਸਤਾਨ ਦੀ ਜੰਗ ਦੇ ਵਿੱਚ ਅਗਰ ਇੰਡੀਆ ਨੇ ਅਟੈਕ ਕੀਤਾ ਤੇ 10 ਲੱਖ ਰੁਪਇਆ ਪਹਿਲੋ ਮੈਂ ਪਾਕਿਸਤਾਨ ਦੇ ਅਕਾਊਂਟ ਜਮ੍ਹਾਂ ਕਰਾਵਾਂਗਾ, ਤੁਸੀਂ ਵੀ ਪਾਕਿਸਤਾਨ ਦਾ ਸਾਥ ਦਵੋਗੇ ਨਾ ਇਨਸ਼ਾ ਅੱਲਾਹ, ਤੁਸੀਂ ਵੀ ਪੈਸੇ ਪੂਸੇ ਜਮ੍ਹਾਂ ਕਰਾਓਗੇ ਨਾ ਇਨਸ਼ਾ ਅੱਲਾਹ। ਆ ਜਿਹੜੇ ਮੁੰਡੇ ਪੈਕੇਜ ਪੁਕੇਜ ਲਾਉਂਦੇ ਨੇ ਉਹਨੇ ਦਿਨ ਨਾ ਲਾਇਆ ਜੀ, ਤੇ ਪਾਕਿਸਤਾਨ ਦੀ ਮੈਂ ਜੇਬ ਚ ਪਾ ਮੋਬਾਈਲ ਪੁੱਤਰ ਗੁਫ਼ਤਗੂ ਸੁਣ, ਜਿੰਨੇ ਬੈਠੇ ਹੋ ਮੈਂ 10 ਲੱਖ ਦਾ ਐਲਾਨ ਕੀਤਾ ਹੈ, ਔਰ ਇਨਸ਼ਾਅੱਲਾ ਇਹ ਇੰਡੀਆ ਕਰੇ ਇੱਧਰ ਹਮਲਾ ਤੇ ਮੈਂ ਲੋਕਾਂ ਕੋ ਵੀ ਇਕੱਠੇ ਕਰਕੇ ਨਾ ਤੇ ਫੌਜ ਨੂੰ ਕਹੀ ਆਉਣਾ ਆ ਫੜੀ ਜਾਓ ਤੇ ਬਸ ਇਹਨਾਂ ਨੂੰ ਤੁੰਨ ਕੇ ਰੱਖੋ ਆ, ਸਹੀ ਗੱਲ, ਕਿਉਂ ਵੀ ਪਾਕਿਸਤਾਨ ਦਾ ਸਾਥ ਦੇਵੋਗੇ ਇਨਸ਼ਾਅੱਲਾ, ਹੱਥ ਖੜੇ ਕਰਕੇ ਵਾਅਦਾ ਕਰੋ ਇਨਸ਼ਾਅੱਲਾ। ਅੱਲਾ ਇਹ ਕੌਮ ਸਾਰੀ ਹੈ, ਮੇਰੇ ਵਤਨ ਮੇਰੇ ਬਸ ਮੇ ਹੋਤਾ ਤੇਰੀ ਹਿਫਾਜ਼ਤ ਕਰੂੰ ਮੈਂ ਐਸੇ ਇੱਕ ਜਾਂ ਕਿਆ ਹਜ਼ਾਰ ਹੋ ਤੋ ਹਜ਼ਾਰ ਤੁਝ ਬੇ ਨਿਸਾਰ ਕਰ ਦੂੰ, ਮੇਰੇ ਵਤਨ ਮੇਰੇ ਬਸ ਮੇ ਹੋਤਾ ਤੇਰੀ ਹਿਫਾਜ਼ਤ ਕਰੂੰ ਮੈਂ ਐਸੇ ਇੱਕ ਜਾਂ ਕਿਆ, ਸਾਰੇ ਪੜੋ, ਇੱਕ ਜਾਂ ਕਿਆ ਹਜ਼ਾਰ ਹੋ ਤੋ ਹਜ਼ਾਰ ਤੁਝ ਬੇ ਨਿਸਾਰ ਕਰ ਦੂੰ। ਸਾਰੇ ਆਪਣੇ ਵਤਨ ਵਾਸਤੇ ਬੋਲੋ, ਨਹੀਂ ਤੇ ਮਰੋਗੇ ਐਵੇਂ। ਹਾਂ ਉਧਰ ਅਗਲੇ ਗਾਂ ਨੂੰ ਨਾਲ ਨਹੀਂ ਕਰਮ ਦਿੰਦੇ ਜੇ, ਤੇ ਪੜ ਲਓ ਪਾਕਿਸਤਾਨ ਦੀ ਕਦਰ ਚ, ਮੇਰੇ ਵਤਨ ਮੇਰੇ ਬਸ ਮੇ ਹੋਤਾ ਤੇਰੀ ਹਿਫਾਜ਼ਤ ਕਰੂੰ ਮੈਂ ਐਸੇ ਇੱਕ ਜਾਂ ਕਿਆ ਹਜ਼ਾਰ ਹੋ ਤੋ ਹਜ਼ਾਰ ਤੁਝ ਬੇ ਦੂੰ।